मेरे वीरो ਤੇ ਭੈਣੋ کافی ਦਿਨਾਂ ਬਾਅਦ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ ਹਾਂ ਔਰ ਕਰ ਰਿਹਾ ਇਸ ਲਈ ਕਿਉਂਕਿ ਹਾਲਾਤ ਹੁਣ ਪੰਜਾਬ ਦੇ ਵਿੱਚ ਜੈਸੇ ਸਾਰੇ ਹਿੰਦੁਸਤਾਨ ਔਰ ਦੁਨੀਆ ਦੇ ਵਿੱਚ ਕੋਵਿਡ ਦਾ ਸੈਕੰਡ ਸਪਾਈਕ ਜਿਹੜਾ ਆਇਆ ਹੈ ਉਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਦੁਨੀਆ 'ਚ ਆਪਣੇ ਮੁਲਕ ਵਿੱਚ ਵੀ ਔਰ ਦੁਨੀਆ 'ਚ ਗੱਲ ਇਹ ਹੈ ਕਿ ਕਿਸੇ ਨੂੰ ਪਤਾ ਨਹੀਂ ਕਿ ਕਿੰਨੀ ਵਾਰ ਸਪਾਈਕਸ ਆਉਣਗੇ ਕਿੰਨੀ ਵਾਰ ਨਹੀਂ ਆਉਣਗੇ ਐਨਾ ਪਤਾ ਹੈ ਕਿ 1918 ਦੇ ਵਿੱਚ ਇੱਕ ਸਪੈਨਿਸ਼ ਫਲੂ ਆਇਆ ਸੀ ਜੋ 1922 ਤਾਈਂ ਰਹਾ ਔਰ ਉਹ 3-4 ਸਾਲ ਦੇ ਵਿੱਚ ਚਾਰ ਸਪਾਈਕ ਆਏ ਔਰ ਪੂਰੀ ਦੁਨੀਆ ਦੇ ਵਿੱਚ 50 ਮਿਲੀਅਨ ਲੋਕਾਂ ਨੂੰ ਇਹ ਕੋਵਿਡ ਹੋਇਆ ਸੀ ਇਹ ਇਹ ਉਦੋਂ ਸਪੈਨਿਸ਼ ਫਲੂ ਸੀ ਇਹ ਵਾਇਰਸ ਜਿਹੜਾ ਕੁਝ ਚੱਲਿਆ ਸੀ ਔਰ ਉਹਨੇ ਨਾਲ ਇਹ ਇਹ ਸਾਰੇ ਦੁਨੀਆ ਦੇ ਵਿੱਚ ਫੈਲ ਗਈ ਸੀ ਔਰ ਆਪਣੇ ਹਿੰਦੁਸਤਾਨ ਦੇ ਵਿੱਚ ਵੀ ਹੁਣ ਅੱਜ ਅਗਰ ਮੈਂ ਤੁਹਾਨੂੰ ਦੱਸਾਂ ਆ ਗਿਨੇ ਕੋਵਿਡ ਦੇ ਸਪਾਈਕ ਹੋਣਗੇ ਮੈਨੂੰ ਪਤਾ ਨਹੀਂ ਨਾ ਡਾਕਟਰਾਂ ਨੂੰ ਪਤਾ ਹੈ ਕਿਸੇ ਨੂੰ ਨਹੀਂ ਪਤਾ ਕਿ ਨਵਾਂ ਵਾਇਰਸ ਹੈ ਔਰ ਕਿਸ ਤਰੀਕੇ ਨਾਲ ਚੱਲ ਰਿਹਾ ਹੁਣ ਆਪਾਂ ਨੂੰ ਤਾਂ ਸਿਰਫ ਬਚਾਅ ਕਰਨਾ ਪਊ ਮੈਂ ਜਾਣਦਾ ਹੈ ਕਈਆਂ ਨੂੰ ਆਖ ਲੱਗਦੀ ਹੈ ਜਦੋਂ ਅਸੀਂ ਕੋਈ ਕਦਮ ਸਰਕਾਰ ਚੱਕਦੀ ਹੈ ਕਿ ਜਿਹਦੇ ਨਾਲ ਲੋਕਾਂ ਦਾ ਕੋਈ ਫਰੀडम ਇੱਕ ਕਿਸਮ ਦਾ ਉਹਦੇ ਤੇ ਅਸੀਂ ਕੋਈ پابੰਦੀ ਕਰਦੇ ਹਾਂ ਲੇਕਿਨ ਕੱਲੇ ਹੈ ਕਿ ਜ਼ਿੰਮੇਵਾਰੀ ਸਰਕਾਰ ਦੀ ਵੀ ਹੁੰਦੀ ਹੈ ਕਿ ਅਸੀਂ ਆਪਣੇ ਲੋਕ ਜਿਹੜੇ ਪੰਜਾਬੀ ਨੇ ਉਹਨਾਂ ਦੀ ਜਾਨਾਂ ਬਚਾਈ ਹੈ ਉਹਨਾਂ ਦੇ ਸਿਹਤ ਨੂੰ ਠੀਕ ਰੱਖੀਏ ਔਰ ਤੁਹਾਨੂੰ ਪਤਾ ਹੈ ਮੈਂ ਆંકੜੇ ਤੁਹਾਨੂੰ ਦੱਸਣ ਲੱਗਿਆ ਹਾਂ ਸਿਰਫ ਇਹ ਔਰ ਇਹ ਤੁਸੀਂ ਦੇਖ ਲਓ ਸਭ ਤੋਂ ਘੱਟ ਇਹ ਸੈਕੰਡ ਸਪਾਈਕ ਦੀ ਮੈਂ ਗੱਲ ਕਰ ਰਿਹਾ ਹਾਂ ਸਭ ਤੋਂ ਘੱਟ ਆਪਣੇ ਇੱਥੇ ਬਿਮਾਰੀ ਜਿਹੜੀ ਆਈ ਸੀ ਉਹ 26 ਜਨਵਰੀ ਜਨਵਰੀ ਨੂੰ ਆਈ ਸੀ ਉਸੇ 129 ਕੇਸ ਐ ਜਿਸੇ ਜਿਹੜੇ ਸਭ ਤੋਂ ਘੱਟ ਆ ਪਰ ਇਸੇ ਔਰ ਸਾਰੇ ਸਾਰੇ ਨੇ ਸੋਚਿਆ ਕਿ ਚਲੋ ਸਭ ਕੁਝ ਸਭ ਹੁਣ ਠੀਕ ਹੋ ਰਿਹਾ ਹੈ ਲੇਕਿਨ ਸੈਕੰਡ ਸਪਾਈਕ ਸ਼ੁਰੂ ਹੋ ਗਿਆ ਔਰ ਅੱਜ ਦੇ ਆંકੜੇ ਨੇ 2492 2492 ਜਿਥੇ 26 ਜਨਵਰੀ ਨੂੰ 129 ਕੇਸ ਸਕੇ ਔਰ 56 ਬੰਦਿਆਂ ਦੀ ਮੌਤਾਂ ਹੋਈਆਂ ਔਰ ਅਗਰ ਆਪਾਂ ਸਾਰੇ ਆਪਣੇ ਆંકੜੇ ਜੋੜ ਲਈਏ ਜਦੋਂ ਪਹਿਲੀ ਪਹਿਲੀ ਸਪਾਈਕ ਆਈ ਹੈ ਤਾਂ ਦੇਖੋ ਇੱਥੇ ਕਨਫਰਮਡ ਕੇਸ ਜਿਹੜੇ ਹੋਏ ਨੇ ਆਪਣੇ 239000 اور ਸਾਡੀਆਂ ਮੌਤਾਂ ਸਾਡੇ ਪੰਜਾਬੀਆਂ ਦੀ ਮੌਤਾਂ 6866 ਹੁੰਦੱਸੋ ਜਦੋਂ ਇਹ ਜਿਆ ਕੰਮ ਇਥੇ ਹੁੰਦਾ ਹੈ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਨਹੀਂ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਸ ਕੰਮ ਨੂੰ ਰੋਕੀ ਆਪਾਂ ਔਰ ਉਹ ਉਹ ਜਿਹੜਾ ਹੈ ਇਹ ਇਹ ਕਦਮ ਚੱਕਣੇ ਇਹ ਸਾਡੇ ਵਾਸਤੇ ਜ਼ਰੂਰੀ ਹੋ ਜਾਂਦੇ ਨੇ ਕਿ ਆਪਾਂ ਇਹ ਕੰਮ ਨੂੰ ਅਸੀਂ ਤਰ੍ਹਾਂ ਅੱਛੀ ਤਰ੍ਹਾਂ ਆਪਾਂ ਨੂੰ ਸੰਭਾਲੀਏ ਤਾਂ ਕਿ ਠੋੜੀਆਂ ਜਾਨਾਂ ਥੋੜੇ ਬੱਚੇ ਥੋੜੇ ਸਾਰੇ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਅਸੀਂ ਸੁਰੱਖਿਅਤ ਰੱਖੀਏ ਔਰ ਇਸ ਖਤੇ ਤੋਂ ਦੂਰ ਕਢੀਏ ਤਾਂ ਹੀ ਸਾਨੂੰ ਕੁਝ ਕਰਮ ਚੱਕਣੇ ਪਏ ਸੇ ਤਾਂ ਹੀ ਮੈਂ ਅੱਜ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇੱਕ ਤਾਂ ਇਹ ਇੰਜੈਕਸ਼ਨ ਜਿਹੜੇ ਨੇ ਇਹ ਵਾਇਰਸ ਐਂਟੀਵਾਇਰਲ ਜਿਹੜੇ ਜਿਹੜੇ ਇੰਜੈਕਸ਼ਨ ਹੁਣ ਲਗਾ ਰਹੇ ਨੇ ਕੋਵੀ ਸੀਡ ਹੋਏ ਜਾਂ ਕੋ ਜਿਹੜੇ ਵੀ ਜਿਹੜੇ ਵੀ ਆਨ ਕੋ ਵੈਕਸੀਨ ਜਾਂ ਕੁਝ ਹੋਰ ਆ ਸਕਦਾ ਅੱਗੇ ਨੂੰ ਇਹ ਸਾਰੇ ਟੈਸਟਡ ਟੈਸਟਡ ਦਵਾਈਆਂ ਨੇ ਔਰ ਬਿਗੈਰ ਟੈਸਟ ਤੋਂ ਕੋਈ ਰਿਲੀਜ਼ ਨਹੀਂ ਹੁੰਦੀ ਕਿਸੇ ਦੁਨੀਆ ਦੇ ਵਿੱਚ ਵੀ ਨਹੀਂ ਰਿਲੀਜ਼ ਹੁੰਦੀ ਔਰ ਟੈਸਟਿੰਗ ਤੋਂ ਬਾਅਦ ਹੀ ਕਈ ਵਾਰ ਟੈਸਟ ਕਰਕੇ ਇਹ ਸਾਡੇ ਕੋਲ ਪਹੁੰਚੇ ਨੇ ਔਰ ਮੈਂ ਆਸ ਕਰਦਾ ਕਿ ਤੁਸੀਂ ਸਮਝੋ ਇਹਨਾਂ ਨੂੰ ਕਿ ਆਪਣੇ ਪਰਿਵਾਰ ਨੂੰ ਆਪਾਂ ਨੇ ਬਚਾਉਣਾ ਹੈ ਹੁਣ ਮੈਂ ਕਰਵਾਇਆ ਆਪਣਾ ਮੇਰੇ ਤੇ ਇੰਜੈਕਸ਼ਨ ਲੱਗਿਆ ਮੇਰੇ ਬੱਚਿਆਂ ਤੇ ਲੱਗਿਆ ਮੇਰੇ ਸਰ ਮੇਰੇ ਉਹ ਨਾ ਉਹ ਨਾ ਰਿਸ਼ਤੇਦਾਰਾ ਤੇ ਜਿਨ੍ਹਾਂ ਨੂੰ ਕੈਂਸਰ ਹੈ ਉਹਨਾਂ ਨੇ ਵੀ ਲਗਵਾਇਆ ਸਾਰਿਆਂ ਨੇ ਇਸ ਕਮ ਇਸ ਕਮ ਨੇ ਉਹਨਾਂ ਨੇ ਕੀਤਾ ਇਸ ਲਈ ਕਿਉਂਕਿ ਉਹ ਬਚਣਾ ਚਾਹੁੰਦੇ ਇਸ ਬਿਮਾਰੀ ਤੋਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਐ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਸਾਰਿਆਂ ਨੂੰ ਇਸ ਤੋਂ ਬਚਾਓ ਔਰ ਜਿੱਥੇ ਵੀ ਸਾਡੇ ਐਨਏ ਸਾਡੇ ਜਗ੍ਹਾ ਨੇ ਜਿੱਥੇ ਤੁਸੀਂ ਇੰਜੈਕਸ਼ਨ ਲਗਾ ਸਕਦੇ ਹੋ ਜਾ ਕੇ ਆ ਜਿਹੜਾ ਟਿਕਾ ਜਰੂਰ ਲਗਾਓ ਇਹਦੇ ਨਾਲ ਪਹਿਲਾ ਹੋਊਗਾ ਫਿਰ ਬਸਤੋ 8 ਹਫਤਿਆਂ ਬਾਅਦ ਦੇ ਕਰੀਬ ਦੂਜਾ ਹੋਊਗਾ ਫਿਰ ਤੁਹਾਡੇ ਐਂਟੀਬਾਡੀਜ਼ ਆਨੇ ਬੱਜ ਜਾਣਗੇ ਕਿ ਕੋਵਿਡ ਦਾ ਅਸਰ ਤੁਹਾਡੇ ਤੇ ਨਹੀਂ ਪਊ ਇਹ ਇੱਕ ਤਾਂ ਇਹ ਗੱਲ ਹੈ ਦੂਸਰੀ ਇਹ ਗੱਲ ਕਿ ਜਿਹੜੇ ਸ਼ੁਰੂ ਤੋਂ ਆਪਾਂ ਨੇ ਕਹੀ ਹੈ ਕਿ ਇਹਦੇ باوجود ਔਰ ਮੈਂ ਇਸ ਲਈ ਕਹ ਰਿਹਾ ਬਾਜੂਦ ਕਿ ਕਿਤੇ-ਕਿਤੇ ਤੁਸੇ ਇੱਕ ਬੰਦੇ ਨੂੰ ਦੂਸਰੀ ਵਾਰ ਵੀ ਹੋ ਸਕਦਾ ਹੈ ਔਰ ਇਹ ਹੋਇਆ ਹੈ ਦੁਨੀਆ ਦੇ ਵਿੱਚ ਤਾਂ ਤੁਸੀਂ ਫੇਰ ਵੀ ਆਪਣੇ ਮਾਸਕ ਪਾਓ ਹੱਥ ਤੋ ਜੋ ਡਾਕਟਰ ਤੁਹਾਨੂੰ ਦੱਸਦੇ ਰਹਿੰਦੇ ਨੇ ਇੰਜੈਕਸ਼ਨ ਵੀ ਲਗਾਓ ਇਹ ਮਾਸਕ ਵੀ ਰੱਖੋ ਔਰ ਧਿਆਨ ਆਪਣਾ ਰੱਖੋ ਇਹ ਸਭ ਤੋਂ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਪਣੇ ਪੰਜਾਬ ਚ ਜਿਸ ਹਾਲਾਤ ਨਾਲ ਚੱਲ ਰਿਹਾ ਹੈ ਕੰਮ ਇਹ ਆંકੜੇ ਸਾਡੇ ਵਧੇ ਜਾ ਰਹੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ 2 ਮਹੀਨੇ ਪਹਿਲਾਂ ਤਾਂ ਆਪਸਾਈ 29 ਤੇ ਸੀ ਹੁਣ ਆਪ 2492 ਤੇ ਪਹੁੰਚੀ ਹੋਈਆਂ ਸੀ ਔਰ ਸਾਡੀਆਂ ਮੌਤਾਂ ਜਿੱਥੇ ਸੀਆਂ ਅਸੀਂ 2-3 ਤੇ ਆ ਕੇ ਸੀ ਹੁਣ ਅੱਜ ਕੱਲ 55 ਮੌਤਾਂ ਹੋਈਆਂ ਨੇ ਇੱਥੇ ਔਰ ਟੋਟਲ ਸਾਡੀਆਂ ਮੌਤਾਂ ਜਿਹੜੀਆਂ ਹੋਈਆਂ ਨੇ ਸ਼ੁਰੂ ਤੋਂ ਲੈ ਕੇ 6868 تاਹੀ ਮੈਂ ਆਪ ਨੂੰ ਬਖਾਲ ਕਰਨਾ ਚਾਹੁੰਦਾ ਸੀ ਕਿ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਪਤਾ ਹੈ ਕਈ ਬੱਚਿਆਂ ਨੂੰ ਖਾਸ ਕਰਕੇ ਜਿੱਥੇ ਅਸੀਂ ਇਸ ਲਾਕਡਾਊਨ ਕੀਤਾ ਹੋਇਆ ਹੈ ਸ਼ਾਮ ਨੂੰ ਅਸੀਂ ਬੰਦ ਕਰਦੇ ਹਾਂ ਜਿਹੜਾ ਕੁਝ ਕਰਦੇ ਆ ਇਹ ਕਰਦੇ ਆ ਕਾਰਨ ਕਰਕੇ ਕਿਉਂਕਿ ਸਾਡੀ ਮੈਡੀਕਲ ਟੀਮ ਨੇ ਸਾਨੂੰ ਦੱਸਿਆ ਹੈ ਕਿ ਜਿਨ੍ਹਾਂ ਕੰਟੈਕਟ ਆਪਣਾ ਘਟੇਗਾ ਜਿਨ੍ਹਾਂ ਲੋਕ ਆਪਸ ਵਿੱਚ ਮਿਲਣ ਤੋਂ ਹਟਣਗੇ ਉਹਨਾਂ ਬਚਾਅ ਹੋਊਗਾ ਔਰ ਸਨੀਚਰਵਾ ਰਹੇ ਜਾਂ ਦਿਨ ਹੈ ਜਿੱਥੇ ਜਿਆਦਾ ਲੋਕ ਇੱਕ ਦੂਜੇ ਨੂੰ ਮਿਲਦੇ ਨੇ ਔਰ ਸ਼ਾਮ ਦਾ ਸਮਾਂ ਹੋ ਰਿਹਾ ਹੈ ਸ਼ਾਮ ਨੂੰ ਵੀ ਆਮ ਆਮ ਤੌਰ ਤੇ ਜਦ ਬੈਨੇ ਹੁੰਦੇ ਨੇ ਲੋਕ ਇੱਕ ਦੂਜੇ ਦੇ ਆਪਣੇ ਗਵਾਨੀਆਂ ਕੋਲ ਜਾਂ ਕਿਸੇ ਚਲੇ ਜਾਂਦੇ ਨੇ ਤਾਂ ਹੀ ਸਾਨੂੰ ਕਰਫਿਊ ਨਾਣਾ ਪਿਆ ਇਹ ਤੁਹਾਨੂੰ ਤੰਗ ਕਰਨ ਵਾਸਤੇ ਨਹੀਂ ਸਾਰੇ ਦੁਨੀਆ ਤੰਗ ਹੈ ਮੈਨੂੰ ਪਤਾ ਹੈ ਤੰਗ ਹੈ ਔਰ ਤੰਗ ਤੰਗ ਜਿਹੜੀ ਤੁਹਾਨੂੰ ਕੁਝ ਇਹ ਇਹ ਮਹਿਸੂਸ ਹੁੰਦੀ ਹੈ ਇਹ ਬਿਲਕੁਲ ਜਾਇਜ਼ ਵੀ ਹੈ ਲੇਕਿਨ ਫੇਰ ਫੇਰ ਵੀ ਸਮਝੋ ਕਿ ਇੱਕ ਦਾੜਾ ਹੈ ਆਪਣੇ ਪੰਜਾਬੀਆਂ ਨੂੰ ਮੇਰੀ ਜ਼ਿੰਮੇਵਾਰੀ ਹੈ ਮੇਰੀ ਪੰਜਾਬ ਮੇਰਾ ਪੰਜਾਬ ਨੂੰ ਤੁਸੀਂ ਮੈਨੂੰ ਭੇਜਿਆ ਸੀ ਇਸ ਤੇਓਕਮਰਚ ਨੂੰ ਫਿਰ ਮੇਰੀ ਜ਼ਿੰਮੇਵਾਰ ਬਣ ਜਾਂਦੀ ਹੈ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੈਂ ਆਪਣੇ ਪੰਜਾਬੀਆਂ ਨੂੰ ਇਸ ਖਤਰੇ ਤੋਂ ਕਢਾ ਔਰ ਮੈਂ ਆਪ ਨੂੰ ਬੇਨਤੀ ਤਾਂ ਹੀ ਕੀਤੀ ਹੈ ਕਿ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਇਸ ਤੋਂ ਕਢੋ ਔਰ ਆਪਣੇ ਗਵਾਂੜਿਆਂ ਨੂੰ ਇਸ ਤੋਂ ਬਚਾਓ ਔਰ ਇਹ ਹੁਣ ਆਪਣੇ ਦੋਨਾਂ ਦੇ ਹੱਥ ਹੈ ਮੈਂ ਆਪਣੀ ਡਿਊਟੀ ਕਰਾਂਗਾ ਤੁਸੀਂ ਆਪਣੀ ਡਿਊਟੀ ਕਰੋ